ਵੀ ਲਾਈਨ ਜਾ ਰਹੀ ਸੀ ਸਕੂਲ ਤੋਂ ਗਿੱਲ ਕਲਾਂ ਗ੍ਰਿਡ ਨੂੰ, ਉਹਦੇ ਵਿੱਚ ਇੱਥੋਂ ਜਿਹੜੇ ਕੁਛ ਅਣਪਛਾਤੇ ਚੋਰ ਕਹਿ ਲਓ ਜਾਂ ਕੋਈ ਨਸ਼ੇ ਵਾਲੇ ਕਹਿ ਲਓ, ਉਹ ਇਹਦੇ ਜਿਹੜੇ ਟਾਵਰ ਦੇ ਵਿੱਚ ਮੈਂਬਰਸ ਲੱਗੇ ਹੁੰਦੇ ਨੇ ਉਹ ਖੋਲ੍ਹ ਕੇ ਚੋਰੀ ਕਰਕੇ ਲੈ ਗਏ। ਅਤੇ ਕੱਲ੍ਹ ਵੀ ਜੋ ਸਾਨੂੰ ਆਸੇ ਪਾਸੇ ਤੋਂ ਪਤਾ ਲੱਗਿਆ 2:10 'ਤੇ ਟਾਵਰ ਕੱਲ੍ਹ ਡਿੱਗ ਪਿਆ, ਇੱਕ ਟਾਵਰ ਇਹਦੇ ਨਾਲ ਹੋਰ ਸੀ, ਦੋਨੋਂ ਟਾਵਰ ਡਿੱਗ ਪਏ ਉਹ ਮੈਂਬਰ ਚੋਰੀ ਹੋਣ ਕਾਰਨ। ਉਹ ਕੱਲ੍ਹ ਜਦੋਂ ਮੌਕਾ ਦੇਖਿਆ ਤਾਂ ਉਹ ਜਿਹੜਾ ਵੀ ਬੰਦਾ ਸੀਗਾ ਉਹਦਾ ਕੋਈ ਪਰਨਾ ਚਾਬੀ ਪਾਨਾ ਵਗੈਰਾ ਹੇਠਾਂ ਪਏ ਸੀ, ਤਾਂ ਮੌਕੇ 'ਤੇ ਹੀ ਪੁਲਿਸ ਨੂੰ ਤੁਰੰਤ ਤਰਾਹ ਦਿੱਤੀ ਸੀ। ਪੁਲਿਸ ਨੇ ਵੀ ਆ ਕੇ ਆਪਦਾ ਜਿਹੜੀ ਹੈਗੀ ਉਹਨਾਂ ਨੇ ਕਾਰਵਾਈ ਕਰ ਦਿੱਤੀ ਹੈ। ਅਤੇ ਹੁਣ ਜੰਗੀ ਪੱਧਰ 'ਤੇ ਸਪਲਾਈ ਨੂੰ ਰਿਸਟੋਰ ਕਰਨ ਲਈ ਸਾਡਾ ਕੰਮ ਚੱਲ ਰਿਹਾ। ਪੁਰਾਣੇ ਟਾਵਰ ਅਸੀਂ ਡਿਸਮੈਂਟਲ ਕਰਦੇ ਹਾਂ ਅਤੇ ਨਵੇਂ ਟਾਵਰ ਦੀ ਰੈਕਸ਼ਨ ਸ਼ੁਰੂ ਹੋ ਚੁੱਕੀ ਹੈ। ਭਾਅ ਜੀ ਕੱਲ੍ਹ ਦੀ ਘਟਨਾ ਇਹ 2:30 ਦੀ ਲਗਭਗ, ਕੋਈ ਅਣਛਪਾਤੇ ਬੰਦੇ ਆਏ ਸੀ, ਸ਼ਾਇਦ ਜਿਵੇਂ ਕੋਈ ਨਸ਼ੇ ਆ ਵਗੈਰਾ ਕਰਦੇ ਹੋਣ ਬੰਦੇ, ਜਿਸ ਤਰ੍ਹਾਂ ਮਤਲਬ ਅੱਜ ਕੱਲ੍ਹ ਫਿਰਦੀ ਆ ਮੰਡੀਰ ਚਿੱਟਾ ਚੁੱਟਾ ਲਾਉਂਦੀ, ਅਤੇ ਉਸ ਤਰ੍ਹਾਂ ਦੇ ਬੰਦੇ ਸੀਗੇ ਕੋਈ ਇਹਨਾਂ ਦੇ ਨਾ, ਜਿਹੜੇ ਅਸੀਂ ਇਹਨੂੰ ਮੈਂਬਰ ਕਹਿੰਦੇ ਹਾਂ, ਜਿਹੜੇ ਸਾਹਮਣੇ ਦਿਸ ਰਹੇ ਹੋ ਤੁਸੀਂ, ਮਤਲਬ ਜਿਹੜੀਆਂ ਲੈਗ ਹੁੰਦੀ ਇਹਨੂੰ ਮੈਂਬਰ ਕਹਿ ਦਿੰਦੇ ਹਾਂ, ਉਹ ਖੋਲ੍ਹ ਰਹੇ ਸੀ, ਉਹ ਇੱਕ ਸਾਈਡ ਤੋਂ ਖੋਲ੍ਹ ਅਤੇ ਉਸ ਤਰ੍ਹਾਂ ਟਾਵਰ ਗਿਰ ਗਏ ਜੀ। ਕਿੰਨਾ ਕੁ ਨੁਕਸਾਨ ਹੋਇਆ ਮਹਿਕਮੇ ਦਾ? ਮਹਿਕਮੇ ਦਾ ਨੁਕਸਾਨ ਤਾਂ ਜੀ ਤੁਸੀਂ ਦੇਖੋ 25-30 ਲੱਖ ਦਾ ਨੁਕਸਾਨ ਤਾਂ ਹੋਗਾ ਜੀ ਮੇਰੇ ਹਿਸਾਬ ਨਾਲ, ਵੇਰੀਏਸ਼ਨ ਵੀ ਇਹ 'ਚ ਹੋ ਸਕਦੀ ਹੈ।